ਪੁਲਿਸ ਥਾਣਾ ਪੈਣੀ ਮੀਆਂ ਖਾਨ ਦੇ ਨਜ਼ਦੀਕ ਕਿਨਰਾ ਦੇ ਮਹੰਤਾ ਦੇ ਘਰ ਵਿੱਚ ਬੀਤੇ ਦਿਨੀ ਦਿਨ ਦਿਹਾੜੇ ਹੋਏ ਡਾਕੇ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਿਸ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਸੁਦੇਸ਼ ਕੁਮਾਰ ਵੱਲੋਂ ਦੱਸਿਆ ਗਿਆ ਕਿ ਮਹੰਤ ਸੋਨੀਆ ਪਿਛਲੇ 15-20 ਸਾਲਾਂ ਤੋਂ ਪਿੰਡ ਪੈਣੀ ਮੀਆਂ ਖਾਨ ਵਿੱਚ ਆਪਣੇ ਸਾਥੀਆਂ ਸਮੇਤ ਰਹਿ ਰਹੇ ਹਨ। ਦੁਪਹਿਰੇ ਜਦੋਂ ਆਪਣੇ ਘਰ ਵਾਪਸ ਪੁੱਜੇ ਤਾਂ ਉਹਨਾਂ ਦੇ ਘਰ ਦੇ ਜਿੰਦਰੇ ਟੁੱਟੇ ਸਨ ਅਤੇ ਚੋਰ 7 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਚੁੱਕੇ ਸਨ। ਪੁਲਿਸ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਏਗੀ। ਬੁੱਧਵਾਰ ਨੂੰ ਮੈਂ ਕੱਲ੍ਹ ਕੰਮ ਤੇ 10 ਵਜੇ ਗਈ ਹਾਂ, ਵਧਾਈ ਲੈ ਕੇ ਆਈ 2 ਵਜੇ ਕਹਿੰਦੇ ਵਾਪਸ। ਅੱਗੇ ਜਦੋਂ ਮੈਂ ਆਪਣੇ ਘਰ ਵਾਪਸ ਆਈ ਹਾਂ, ਉਹਨੇ ਮੇਰੇ ਗੇਟ ਦਾ ਤਾਲਾ ਵੀ ਟੁੱਟਿਆ ਸੀ, ਉਹ ਵੀ ਮੇਰੇ ਪਰਸ ਜਿਹੜੇ ਨੇ ਬਾਹਰ ਪੇਰੇ ਖਲ, ਠੀਕ ਹੈ ਜੀ, ਅੰਦਰੋਂ ਗਾਰਡਰ ਮਾਰੀ ਮੇਰੀ ਭੰਨੀ ਸਾਰੀ, ਜੋ ਮੇਰਾ ਸੋਨਾ ਪੈਸਾ ਸਭ ਲੈ ਲਿਆ। ਮੇਰਾ 7 ਤੋਲੇ ਸੋਨਾ ਸੀ, 7 ਲੱਖ ਰੁਪਈਆ ਜੀ, ਜੀ ਸਾਡੀ ਸਾਡੇ ਕਿਸੇ ਦੇ ਭਤੀਜੇ ਮੇਰੇ ਜੋ ਪਾਸੇ ਮੈਂ ਰੱਖਿਆ ਸੀ, ਮੈਂ ਜਾਣਾ ਸੀ ਆਪਣੇ ਘਰ। ਦਰਖਾਸਤ ਦਿੱਤੀ ਆ ਵੀ ਉਹ ਕੱਲ੍ਹ ਕਿਤੇ ਕਿਸੇ ਦੇ ਘਰ ਵਾਸਤੇ ਵਧਾਈ ਲੈਣ ਵਾਸਤੇ ਗਏ ਸੀਗੇ ਅਤੇ ਮਗਰੋਂ ਉਹਨਾਂ ਦੇ ਘਰੋਂ ਕੁਝ ਨਕਦੀ ਚੋਰੀ ਹੋ ਗਈ ਆ ਅਤੇ ਕੁਝ ਗਹਿਣੇ ਚੋਰੀ ਹੋਏ ਨੇ। ਇਹਦੇ ਸੰਬੰਧੀ ਤਫਤੀਸ਼ ਕੀਤੀ ਜਾ ਰਹੀ ਆ ਅਤੇ ਮੁਕੱਦਮਾ ਦਰਜ ਕਰਕੇ ਜੋ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ। ਫਿਲਹਾਲ ਮਾਮਲਾ ਜੇ ਸਾਨੂੰ ਇਹਦੇ 'ਚ ਕੋਈ ਕਲੀਅਰ ਨਜ਼ਰ ਨਹੀਂ ਆ ਰਿਹਾ, ਜੋ ਫੈਕਟ ਸਾਹਮਣੇ ਆਉਣਗੇ ਇਹਦੇ ਮੁਤਾਬਿਕ ਕਰਾਂਗੇ।